ਨਵਜੋਤ ਸਿੰਘ ਸਿੱਧੂ ਢਬੂਸੀਆਂ ਮਾਰੀ ਗਿਆ, ਕਲੋਨਾ ਕਰੀ ਗਿਆ। ਵਿਧਾਨ ਸਭਾ ਦੇ ਅੰਦਰ ਵੀ ਅਸੀਂ ਵੇਖਿਆ ਕਿਵੇਂ ਢਬੂਸੀ ਮਾਰੀ ਬ੍ਰਹਮ ਮਹਿੰਦਰਾ ਜੀ ਦੇ ਉੱਤੋਂ ਦੀ, ਅਤੇ ਬਹਿ ਗਿਆ ਜਾ ਕੇ ਮੁੱਖ ਮੰਤਰੀ ਦੀ ਕੋਠੀ 'ਚ। ਦਿੱਲੀ 'ਚ ਬੜੀ ਸਖ਼ਤ ਲੋੜ ਹੈ ਇਹੋ ਜਿਹੇ ਜੋਕਰ ਦੀ ਕਾਂਗਰਸ ਪਾਰਟੀ। ਇਹ ਢਬੂਸੀਆਂ ਮਾਰਨ ਵਾਲਿਆਂ ਨੂੰ, ਇਹ ਕਲੋਨਾ ਕਰਨ ਵਾਲੇ ਨੂੰ ਜੇ ਕਿੱਥੇ ਇਹ ਬਣਾ ਦੇਣ ਕਾਂਗਰਸ ਦਾ ਰਾਹੁਲ ਗਾਂਧੀ ਦੀ ਥਾਂ ਪ੍ਰਧਾਨ, ਤਾਂ ਚਲੋ ਹੁਣ ਕਪਿਲ ਸ਼ਰਮਾ ਸ਼ੋਅ ਤੋਂ ਛੁੱਟੀ ਹੋਈ ਹੈ, ਲਾਫਟਰ ਚੈਨਲ ਹੁਣ ਦਿੱਲੀ ਚੱਲਿਆ ਕਰੂਗਾ ਸੋਨੀਆ ਗਾਂਧੀ ਦੇ ਗਵਾਂਢ 'ਚ। ਬੱਚੇ ਖੁਸ਼ ਹੋ ਜਾਣਗੇ ਦੋਵੇਂ, ਸੋਨੀਆ ਗਾਂਧੀ ਦੇ ਆ ਦੋਵੇਂ ਕੁੜੀ ਅਤੇ ਪੁੱਤ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਉਦਾਸੀ 'ਚੋਂ ਨਿਕਲ ਆਉਣਗੇ। ਬੀਤੇ ਦਿਨ ਪੰਜਾਬ ਸਰਕਾਰ 'ਚ ਕੈਬਨਿਟ ਮੰਤਰੀਆਂ ਦੇ ਵਿਭਾਗਾਂ ਦਾ ਤਬਾਦਲਾ ਕੀਤਾ ਗਿਆ, ਲੇਕਿਨ ਉਸ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਬਿਆਨ ਦਿੰਦੇ ਨੇ। ਨਵਜੋਤ ਸਿੰਘ ਸਿੱਧੂ ਅੰਕੜਿਆਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦਿੰਦੇ ਨੇ। ਇਸੇ ਪੂਰੇ ਕੰਟਰੋਵਰਸੀ 'ਤੇ ਗੱਲ ਕਰਨ ਲਈ ਸਾਡੇ ਨਾਲ ਇੱਥੇ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਮਜੀਠੀਆ ਨੇ। ਮਜੀਠੀਆ ਸਾਹਿਬ, ਪੂਰੀ ਕੰਟਰੋਵਰਸੀ ਹੋ ਰਹੀ ਹੈ, ਕਿਸ ਤਰੀਕੇ ਨਾਲ ਦੇਖਦੇ ਹੋ? ਕਿਹੜੀ ਕੰਟਰੋਵਰਸੀ ਜੀ? ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਵਿਚਕਾਰ ਜਿਸ ਤਰੀਕੇ ਨਾਲ ਕੰਟਰੋਵਰਸੀ ਹੋ ਰਹੀ ਆ, ਬਿਆਨ ਦਿੱਤੇ ਜਾ ਰਹੇ ਨੇ ਲਗਾਤਾਰ। ਕੈਪਟਨ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਕਰਕੇ ਹਾਰੇ ਨੇ, ਜੋ ਸ਼ਹਿਰੀ ਵੋਟ ਘਟੀ ਆ। ਲੇਕਿਨ ਨਵਜੋਤ ਸਿੰਘ ਸਿੱਧੂ ਆਂਕੜੇ ਲੈ ਕੇ ਆਏ ਨੇ, ਕਹਿੰਦੇ ਕਿ ਮੇਰੇ ਹਲਕਿਆਂ ਦੇ ਵਿੱਚ, ਮੇਰੇ ਸ਼ਹਿਰਾਂ ਦੇ ਵਿੱਚ ਵੋਟ ਨਹੀਂ ਘਟੇ। ਇਹ ਕੰਟਰੋਵਰਸੀ ਨਹੀਂ ਹੋ ਰਹੀ ਜੀ, ਇਹ ਕਪਿਲ ਸ਼ਰਮਾ ਲਾਫਟਰ ਚੈਨਲ ਸ਼ੋਅ ਤੋਂ ਛੁੱਟੀ ਹੋ ਗਈ ਆ, ਹੁਣ ਉਹ ਲਾਫਟਰ ਚੈਨਲ ਸ਼ੋਅ ਪੰਜਾਬ 'ਚ ਚੱਲ ਰਿਹਾ, ਔਰ ਤੁਸੀਂ ਅਤੇ ਮੈਂ ਇਹਦਾ ਲੁਤਫ ਉਠਾਓ ਵਿੱਚ ਬਾਹਲਾ ਦਿਲ ਨੂੰ ਨਾ ਲਾਓ ਕਿਸੇ ਗੱਲ। ਨਵਜੋਤ ਸਿੰਘ ਸਿੱਧੂ ਜਵਾਬ ਦਿੰਦੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ, ਤੁਸੀਂ ਉਹਨਾਂ ਨੂੰ ਕਿਸ ਤਰੀਕੇ ਨਾਲ ਦੇਖਦੇ? ਕਿਉਂਕਿ ਉਹਨਾਂ ਦਾ ਵਿਭਾਗ ਜਿਹੜਾ ਤਬਦੀਲ ਕਰ ਦਿੱਤਾ ਗਿਆ, ਸਥਾਨਕ ਸਰਕਾਰਾਂ ਬਾਰੇ ਮੰਤਰੀ ਸਨ, ਹੁਣ ਪਾਵਰ ਮਿਨਿਸਟਰ ਬਣਾ ਦਿੱਤੇ ਨੇ। ਇਹ ਤੁਸੀਂ ਦੈਨਿਕ ਸਵੇਰਾ ਦੇ ਹੈਗੇ ਜੀ ਪੱਤਰਕਾਰ, ਹੁਣ ਤੁਹਾਨੂੰ ਦੈਨਿਕ ਸਵੇਰਾ ਨੇ ਮਾਲਕ ਨੇ ਫੈਸਲਾ ਕਰਨਾ ਕਿ ਜੀ ਤੁਹਾਨੂੰ ਬੀਟ ਪੰਜਾਬ ਚੰਡੀਗੜ੍ਹ ਦੀ ਦੇਣੀ ਹੈ ਜਾਂ ਅੰਮ੍ਰਿਤਸਰ ਦੀ ਦੇਣੀ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ, ਮੁੱਖ ਮੰਤਰੀ ਨੇ ਫੈਸਲਾ ਕਰਨਾ ਕਿਹਦੇ ਕੋਲ ਕਿਹੜਾ ਮਹਿਕਮਾ ਰਹਿਣਾ ਚਾਹੀਦਾ ਕਿ ਨਹੀਂ, ਉਹ ਇਹ ਹੁੰਦਾ ਆਇਆ ਪਹਿਲਾਂ ਤੋਂ। ਪ੍ਰਧਾਨ ਮੰਤਰੀ ਨੇ ਫੈਸਲਾ ਕਰਨਾ ਕਿ ਉਹਨਾਂ ਨੇ ਆਪਦੀ ਕੈਬਨਿਟ 'ਚ ਕਿਹਨੂੰ ਵਜ਼ੀਰ ਲੈਣਾ, ਕਿਹਨੂੰ ਨਹੀਂ ਲੈਣਾ। ਇਸ ਲਈ ਮਸਲਾ ਇਹ ਨਹੀਂ, ਮਸਲਾ ਇਹ ਹੈ ਕਿ 2.5 ਸਾਲ ਤੋਂ ਓਪਰਚੂਨਿਸਟ ਬੰਦਾ ਨਵਜੋਤ ਸਿੰਘ ਸਿੱਧੂ ਢਬੂਸੀਆਂ ਮਾਰੀ ਗਿਆ, ਕਲੋਨਾ ਕਰੀ ਗਿਆ। ਵਿਧਾਨ ਸਭਾ ਦੇ ਅੰਦਰ ਵੀ ਅਸੀਂ ਵੇਖਿਆ ਕਿਵੇਂ ਢਬੂਸੀ ਮਾਰੀ ਬ੍ਰਹਮ ਮਹਿੰਦਰਾ ਜੀ ਦੇ ਉੱਤੋਂ ਦੀ, ਅਤੇ ਬਹਿ ਗਿਆ ਜਾ ਕੇ ਮੁੱਖ ਮੰਤਰੀ ਦੀ ਕੁਰਸੀ 'ਚ। ਉਦੋਂ ਵੀ ਕਈ ਕਾਂਗਰਸੀਆਂ ਨੇ ਢਾਉਣ ਦੀ ਕੋਸ਼ਿਸ਼ ਕੀਤੀ, ਨਹੀਂ ਹਟੇ। ਫਿਰ ਸਪੀਕਰ ਸਾਹਿਬ ਨੇ ਇਸ਼ਾਰਾ ਕੀਤਾ ਅਤੇ ਮਾਰਸ਼ਲਾਂ ਨੇ ਚੱਕ ਕੇ ਵਾਪਸ ਬਿਠਾਇਆ। ਇਸ ਲਈ ਉਹ ਬੜੇ ਚਿਰ ਦੀਆਂ ਜੋ ਦਿਲ 'ਚ ਅਤੇ ਦਿਮਾਗ 'ਚ ਚੱਲ ਰਿਹਾ ਉਹ ਭਾਵਨਾਵਾਂ ਉਹ ਵਿਅਕਤ ਕਰ ਰਿਹਾ ਕਿ ਮੈਂ ਤਾਂ ਮੁੱਖ ਮੰਤਰੀ ਬਣਨਾ ਸੀ ਅਤੇ ਕਿੱਥੇ ਕਾਂਗਰਸ ਦਾ ਸਾਰੇ ਦੇਸ਼ 'ਚ ਭੋਗ ਪੈ ਗਿਆ, ਅਤੇ ਮੇਰੇ ਸੁਪਨੇ ਦਾ ਕੀ ਹੋਊ, ਮੇਰੇ ਸੁਪਨੇ ਕੌਣ ਸਾਕਾਰ ਕਰੂ। ਪੰਗਾ ਤਾਂ ਇਹ ਹੈ, ਬਾਕੀ ਮੈਂ ਸਮਝਦਾ ਕਾਬਲ ਬੰਦਾ ਹੈ ਜੀ। ਦੇਖੋ ਕਹਿੰਦਾ 10,000 ਕਰੋੜ ਦੀ ਕਮਾਈ ਹੋਈ ਹੈ, ਖਜ਼ਾਨਾ ਮੰਤਰੀ ਕਹਿੰਦਾ ਕਿ ਖਜ਼ਾਨਾ ਖਾਲੀ। ਹੁਣ ਜੇ 10,000 ਕਰੋੜ ਦੀ ਕਮਾਈ ਹੋਈ ਹੈ, ਉਹ ਪੈਸੇ ਗਏ ਕਿੱਥੇ? ਕਿਉਂਕਿ ਪੰਜਾਬ ਦੇ ਸ਼ਹਿਰਾਂ 'ਚ ਤਾਂ ਪਾਣੀ ਨਹੀਂ ਪਹੁੰਚਦਾ, ਸੜਕਾਂ ਟੁੱਟੀਆਂ ਨੇ, ਸਫਾਈ ਹੁੰਦੀ ਨਹੀਂ, ਸੀਵਰੇਜ ਦਾ ਬੁਰਾ ਹਾਲ ਹੈ, ਸੀਵਰੇਜ ਸਿਸਟਮ ਫੇਲ ਹੈ, ਆ ਤੁਹਾਡੇ ਜਿਹੜੇ ਸੀਵਰੇਜ ਟਰੀਟਮੈਂਟ ਪਲਾਂਟ ਚੱਲਦੇ ਨਹੀਂ, ਕਈ ਥਾਂ ਬੱਤੀ ਨਹੀਂ ਪਹੁੰਚਦੀ, ਅਤੇ ਪੈਸੇ ਖੁਰਤ ਬੁਰਤ ਕਿੱਧਰ ਹੋਏ? ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹਾਈ ਲੈਵਲ, CBI ਨੂੰ ਇਨਕੁਆਇਰੀ ਮਾਰ ਕਰਨ। ਮੈਂ ਕਹਿੰਦਾ ਜੀ ਇਹ ਕਹਿੰਦੇ ਕਮਾਈ ਕੀਤੀ ਹੈ ਸਰਕਾਰ, ਇੱਕ ਹੁੰਦਾ ਪੈਸੇ ਗਵਰਨਮੈਂਟ ਆਫ ਇੰਡੀਆ ਤੋਂ ਆਉਣੇ, ਇਹ ਕਹਿੰਦੇ ਮੇਰੀ ਕਮਾਈ ਹੈ। ਕਮਾਈ ਮਤਲਬ ਮੈਂ ਰੈਵਨਿਊ ਜਨਰੇਟ ਕੀਤਾ, ਮੈਂ ਕਲੈਕਸ਼ਨ ਬੈਟਰ ਕੀਤੀਆਂ ਜਾਂ ਮੈਂ ਕਲੈਕਸ਼ਨ ਵਧਾਈਆਂ ਨੇ। ਹੁਣ ਇਹ ਹੋਇਆ ਸੱਚਾਈ ਕਿ, ਕਿਉਂਕਿ ਲੋਕਾਂ ਦਾ ਫਿਰ ਪੈਸੇ ਤਾਂ ਲੋਕਾਂ ਕੋਲੋਂ ਲਏ ਨਾ, ਅਤੇ ਲੋਕਾਂ ਦੇ ਪੈਸੇ ਤਾਂ ਲੋਕਾਂ ਦੇ ਭਲੇ ਲਈ ਫਰਤੇ ਜਾਣੇ ਚਾਹੀਦੇ, ਉਹ ਗਏ ਕਿੱਧਰ ਨੂੰ? ਇਸ ਲਈ ਉਹਦੀ ਇਨਕੁਆਇਰੀ ਪ੍ਰੋਪਰ ਹੋਵੇ ਕਿ ਜੇ ਇਹਨਾਂ ਨੇ ਕਮਾਈ ਕੀਤੀ ਹੈ ਕਿ ਗਵਰਨਮੈਂਟ ਆਫ ਇੰਡੀਆ ਦੇ ਪੈਸਿਆਂ ਦੀ ਗੱਲ ਕਰ ਰਹੇ? ਜੇ ਇਹਨਾਂ ਦੀ ਕਮਾਈ ਹੈ ਤਾਂ ਫਿਰ ਉਹ ਪੈਸੇ ਖਰਚ ਕਿਉਂ ਨਹੀਂ ਹੋ ਰਹੇ? ਇਹ ਸਾਰੀ ਸੱਚਾਈ ਸਾਹਮਣੇ ਆਵੇ, ਕਿਉਂਕਿ ਗੱਲ ਲੋਕਾਂ ਦੇ ਪੈਸੇ ਦੀ ਹੈ, ਲੋਕਾਂ ਦਾ ਖਜ਼ਾਨਾ, ਇਹ ਲੋਕਾਂ ਦੀ ਸਰਕਾਰ ਹੈ। ਔਰ ਮੇਰਾ ਇਹ ਮੰਨਣਾ ਹੈ ਜੀ ਕਿ ਦੇਖੋ ਇਹ ਕਾਂਗਰਸ ਇਹ ਦਿੱਲੀ ਨੂੰ ਗਏ ਅੱਜ ਤੁਹਾਡੇ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਵੀ ਆ ਰਹੀ ਹੈ ਕਿ ਉਹ ਦਿੱਲੀ ਗਏ ਨੇ ਰਾਹੁਲ ਗਾਂਧੀ ਨਾਲ ਮਿਲਣ, ਲੇਕਿਨ ਰਾਹੁਲ ਗਾਂਧੀ ਨਹੀਂ ਮਿਲੇ। ਇਸੇ ਤਲਖੀ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਉਹ ਗਏ ਨੇ। ਦੇਖੋ ਦਿੱਲੀ ਨੂੰ ਗਏ ਆ, ਦਿੱਲੀ 'ਚ ਬੜੀ ਸਖ਼ਤ ਲੋੜ ਹੈ ਇਹੋ ਜਿਹੇ ਜੋਕਰ ਦੀ ਕਾਂਗਰਸ ਪਾਰਟੀ ਨੂੰ, ਔਰ ਦਿੱਲੀ 'ਚ ਸਾਰੀ ਕਾਂਗਰਸ ਇੱਕ ਸ਼ੋਕ 'ਚੋਂ ਨਿਕਲ ਰਹੀ, ਸਦਮੇ 'ਚੋਂ ਨਿਕਲ ਰਹੀ। ਉੱਥੇ ਸ਼ੋਕ ਦਾ ਆਲਮ ਬਣਿਆ ਪਿਆ, ਸਦਮੇ 'ਚ ਸਾਰੇ ਨੇ ਕਿ ਸਾਡਾ ਕੀ ਬਣੂ, ਸਾਡਾ ਤਾਂ ਰਾਹੁਲ ਗਾਂਧੀ ਜੀ ਮਿਲਦੇ ਨਹੀਂ ਕਿਸੇ ਨੂੰ। ਇਸ ਲਈ ਇਹ ਮੈਂ ਸਮਝਦਾ ਕਿ ਜੇ ਇਹੋ ਜਿਹੇ ਨੂੰ ਇਹ ਢਬੂਸੀਆਂ ਮਾਰਨ ਵਾਲਿਆਂ ਨੂੰ, ਇਹ ਕਲੋਨਾ ਕਰਨ ਵਾਲੇ ਨੂੰ ਜੇ ਕਿੱਥੇ ਇਹ ਬਣਾ ਦੇਣ ਕਾਂਗਰਸ ਦਾ ਰਾਹੁਲ ਗਾਂਧੀ ਦੀ ਥਾਂ ਪ੍ਰਧਾਨ,
ਤੇ ਚਲੋ ਹੁਣ ਕਪਿਲ ਸ਼ਰਮਾ ਸ਼ੋਅ ਤੋਂ ਛੁੱਟੀ ਹੋਈ ਹੈ, ਲਾਫਟਰ ਚੈਨਲ ਹੁਣ ਦਿੱਲੀ ਚੱਲਿਆ ਕਰੂਗਾ ਸੋਨੀਆ ਗਾਂਧੀ ਦੇ ਗਵਾਂਢ 'ਚ, ਨਾਲੇ ਬੱਚੇ ਖੁਸ਼ ਹੋ ਜਾਣਗੇ ਦੋਵੇਂ ਸੋਨੀਆ ਗਾਂਧੀ ਦੇ ਆ ਦੋਵੇਂ ਕੁੜੀ ਅਤੇ ਪੁੱਤ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਉਦਾਸੀ 'ਚੋਂ ਨਿਕਲ ਆਉਣਗੇ। ਇਸ ਤੋਂ ਇਲਾਵਾ ਵੀ ਪੰਜਾਬ ਦਾ ਅੱਜ ਇੱਕ ਹੌਟ ਇਸ਼ੂ ਹੈਗਾ ਸਿੱਟ ਨੂੰ ਲੈ ਕੇ। ਸਿੱਟ ਨੇ ਕੱਲ੍ਹ ਫਰੀਦਕੋਟ ਅਦਾਲਤ ਦੇ ਵਿੱਚ ਦੂਸਰੀ ਚਾਰਜਸ਼ੀਟ ਪੇਸ਼ ਕੀਤੀ ਹੈ। ਉਸ ਚਾਰਜਸ਼ੀਟ ਦੇ ਵਿੱਚ ਦੱਸਿਆ ਜਾ ਰਿਹਾ ਤੁਹਾਡੇ ਅਕਾਲੀ ਲੀਡਰ ਦਾ ਵੀ ਨਾਮ ਦਿੱਤਾ ਗਿਆ, ਆਈ ਜੀ ਕੁੰਵਰ ਵਿਜੇ ਪ੍ਰਤਾਪ ਦੇ ਨਾਮ 'ਤੇ ਲਗਾਤਾਰ ਸਿਆਸਤ ਹੁੰਦੀ ਆ ਰਹੀ ਹੈ, ਤੁਸੀਂ ਵਿਰੋਧ ਕਰਦੇ ਹੋ ਅਤੇ ਇਲੈਕਸ਼ਨ ਕਮਿਸ਼ਨ ਉਸ 'ਤੇ ਨੋਟਿਸ ਜਾਰੀ ਕਰਦਾ ਪੰਜਾਬ ਸਰਕਾਰ ਨੂੰ, ਕਿਸ ਤਰੀਕੇ ਨਾਲ ਦੇਖ? ਨਹੀਂ, ਅਸੀਂ ਨਹੀਂ ਵਿਰੋਧ ਕਰਦੇ ਜੀ। ਹੁਣ ਤਾਂ ਜਿਹੜੇ ਸਿੱਟ ਦੇ ਸੀਨੀਅਰ ਮੋਸਟ ਅਫਸਰ ਨੇ, ਚੇਅਰਮੈਨ ਸਾਹਿਬ ਨੇ, ਅਤੇ ਸਿੱਟ ਦੇ ਪੰਜਾਂ 'ਚੋਂ ਚਾਰ ਅਫਸਰਾਂ ਨੇ ਇਹਦਾ ਵਿਰੋਧ ਕਰਤਾ, ਇਸ ਲਈ ਵਿਰੋਧ ਸਾਡਾ ਨਹੀਂ। ਦੇਖੋ, ਗੁਰੂ ਘਰ 'ਚ ਲੋਕਾਂ ਦੀ ਕਚਹਿਰੀ 'ਚ ਸੱਚ ਸਾਹਮਣੇ ਆਉਣਾ, ਔਰ ਕੋਈ ਬੰਦਾ ਕਾਂਗਰਸ ਦੇ ਹੱਥ 'ਚ ਕਠਪੁਤਲੀ ਬਣ ਕੇ ਇੱਕ ਰਾਜਨੀਤੀ ਕਰਨਾ ਚਾਹੇ, ਉਹਦੇ ਵੀ ਚਿਹਰੇ ਨੰਗੇ ਹੋਣਗੇ, ਔਰ ਉਹ ਦੇਖੋ ਰੱਬ ਦੇ ਆਪਣੇ ਰੰਗ ਨੇ ਸੱਚਾਈ ਸਾਹਮਣੇ ਲਿਆਉਣਗੇ। ਔਰ ਅੱਜ ਇਹਨਾਂ ਦਾ ਮੈਂ ਕੱਲ੍ਹ ਦਾ ਬਿਆਨ ਪੜ੍ਹ ਰਿਹਾ ਸੀਗਾ ਕਿ ਇਹ ਤਾਂ ਇੰਟਰਨੈਸ਼ਨਲ ਲੈਵਲ ਦੀ ਚਾਰਜਸ਼ੀਟ ਹੈ, ਫਿਰ ਮੈਨੂੰ ਲੱਗਦਾ ਇਹ ਹਿੰਦੁਸਤਾਨ 'ਚ ਤਾਂ ਫਿਰ ਇਹਦੀ ਟ੍ਰਾਇਲ ਵੀ ਨਹੀਂ ਹੋ ਸਕਦੀ, ਤਾਂ ਕਿੱਥੇ ਇੰਟਰਨੈਸ਼ਨਲ ਲੈਵਲ 'ਤੇ ਇਹਦੀ ਟ੍ਰਾਇਲ ਹੇਗ 'ਚ ਕਰਾਉਣੀ ਪੈਣੀ ਹੈ, ਇੰਟਰਨੈਸ਼ਨਲ ਕੋਰਟਾਂ 'ਚ ਕਰਾਉਣੀ ਪੈਣੀ ਹੈ। ਔਰ ਨਾਲ ਹੀ ਉਹਨਾਂ ਨੇ ਇਸ਼ਾਰਾ ਕਰਤਾ ਕਿ ਇਹ ਚੇਅਰਮੈਨ ਸਾਡਾ ADGP ਵੀ ਆਪਦੇ ਵੱਡੇ ਅਫਸਰ ਨੂੰ ਕਹਿ ਤਾ ਕਿ ਬੇਵਕੂਫ ਹੈ ਇਹ, ਇਹਦਾ ਮਤਲਬ ਤਾਂ ਇਹੀ ਹੈ ਨਾ ਕਿ ਚਾਰ ਇਹ ਬੇਵਕੂਫ ਨੇ ਮੇਰੇ ਨਾਲ ਜਿਹੜੇ ਲਾਏ, ਇਹਨਾਂ ਨੂੰ ਸਮਝ ਕੋਈ ਨਹੀਂ। ਅਤੇ ਇਹਦਾ ਜਵਾਬ ਤਾਂ ਉਹੀ ਦੇ ਸਕਦੇ, ਮੈਂ ਤਾਂ ਕੀ ਦੇ ਸਕਦਾ, ਮੈਂ ਤਾਂ ਜੋ ਉਹਨਾਂ ਨੇ ਲਿਖਿਆ ਉਹਦੀ ਇੰਟਰਪ੍ਰੀਟੇਸ਼ਨ ਜ਼ਰੂਰ ਜੋ ਸਾਰੇ ਇਹਨਾਂ 'ਚ ਲੱਗ ਰਹੀ ਹੈ। ਔਰ ਤੀਜੀ ਗੱਲ ਉਹਨਾਂ ਨੇ ਕਹਿਤੀ ਕਿ ਜੀ ਇਹ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਲੀਕ ਹੋਈ ਸੀ, ਅਤੇ ਲੀਕ ਹੀ ਨੇ ਫਿਰ ਲੀਕ ਕਿਹਦੇ ਕੋਲੋਂ ਹੋਈ ਸੀ, ਸਰਕਾਰ ਨੇ, ਮਤਲਬ ਉਹਨੇ ਸਰਕਾਰ ਨੂੰ ਵੀ ਘੇਰ ਲਿਆ। ਇਹ ਤਾਂ ਹੁਣ ਸਰਕਾਰ ਜਵਾਬ ਦੇਵੇ ਜਾਂ DGP ਜਵਾਬ ਦੇਵੇ ਜਾਂ ਇਹ ਜੇ ਹੈ ਤਾਂ ਇਹ IPS ਆਪਣਾ ਇੰਡੀਅਨ ਪੁਲਿਸ ਸਰਵਿਸ ਦੇ ਬੰਦੇ ਆ, ਮਤਲਬ ਦੇਸ਼ ਦੇ ਪੁਲਿਸ ਦੇ ਇਹ ਅਫਸਰ ਨੇ, ਮਗਰ ਇਹ ਗੱਲ ਕਰਦੇ ਇੰਟਰਨੈਸ਼ਨਲ ਲੈਵਲ ਦੀਆਂ, ਅਤੇ ਹੁਣ ਇੰਟਰਨੈਸ਼ਨਲ ਲੈਵਲ ਦਾ ਆਪਾਂ ਤਾਂ ਨੈਸ਼ਨਲ ਦੇਸੀ ਜੇ ਬੰਦੇ ਜੀ, ਕੀ ਇਹਦੇ ਇੰਟਰਨੈਸ਼ਨਲ ਲੈਵਲ ਦੀ ਗੱਲ? ਪ੍ਰਮੋਦ ਕੁਮਾਰ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਨੇ ਵੀ DGP ਨੂੰ ਇੱਕ ਚਿੱਠੀ ਲਿਖੀ ਆ, ਉਹ ਕਹਿੰਦੇ ਕਿ ਮੈਂ ਜ਼ਿੰਮੇਦਾਰ ਨਹੀਂ ਹੋਊਗਾ ਜੋ ਵੀ ਚਾਰਜਸ਼ੀਟ ਕੁੰਵਰ ਵਿਜੇ ਪ੍ਰਤਾਪ ਨੇ ਫਰੀਦਕੋਟ ਅਦਾਲਤ ਦੇ ਵਿੱਚ ਪੇਸ਼ ਕੀਤੀ ਆ, ਉਹਦੇ ਜ਼ਿੰਮੇਦਾਰ ਮੈਂ ਨਹੀਂ ਹਾਂ। ਕਿਤੇ ਨਾ ਕਿਤੇ ਇਹ ਤੁਹਾਡੇ ਮੇਰੇ ਵਰਗੇ ਬੰਦੇ ਆ ਜੀ, ਦੇਸੀ ਕਹਿ ਲਓ ਭਾਵੇਂ ਨੈਸ਼ਨਲ ਕਹਿ ਲਓ, ਨੈਸ਼ਨਲਿਸਟਿਕ ਇਹ ਹੈ ਇੰਟਰਨੈਸ਼ਨਲ ਗੋਰਿਆਂ ਵਾਲਾ ਬੰਦਾ, ਇਹ ਫਿਰ ਹੁਣ ਇਹੀ ਜਵਾਬ ਦੇ ਸਕਦਾ? ਆਪਾਂ ਦੇਸੀ ਬੰਦੇ ਕੀ ਦੇ ਸਕਦੇ? ਜੇ ਤਾਂ ਜਵਾਬ ਪ੍ਰਬੋਧ ਕੁਮਾਰ ਨੇ ਵੀ ਉਹ ਚਿੱਠੀ ਲਿਖਤੀ ਕਿ ਇਹ ਤਾਂ ਜੀ ਗੋਰੇ ਦਾ ਹਾਈ ਲੈਵਲ ਇੰਟਰਨੈਸ਼ਨਲ ਸਟੈਂਡਰਡ ਆ, ਇਹ ਤਾਂ ਦੇਸੀ ਬੰਦੇ ਆ, ਵੀ ਦੇਸੀ ਬੰਦਿਆਂ ਨੇ ਤਾਂ ਦੇਸੀ ਗੱਲ ਜੀ ਭਾਸ਼ਾ ਸਮਝ ਆਉਣੀ ਆ, ਸਾਡੇ ਕੋਰਟਾਂ 'ਚ ਵੀ ਕੰਮ ਦੇਸੀ ਚੱਲਦਾ, ਦੇਸ਼ ਦੀ ਗੱਲ ਚੱਲਦੀ ਹੈ ਨਾ, ਦੇਸੀ ਕਹਿ ਲਓ, ਹਿੰਦੁਸਤਾਨੀ ਕਹਿ ਲਓ, ਪੰਜਾਬੀ ਕਹਿ ਲਓ, ਇਹ ਗੋਰੇ ਵਾਲਾ ਕੰਮ ਤਾਂ ਨਹੀਂ ਚੱਲਣਾ, ਇਹ ਤਾਂ ਹੀ ਦੱਸ ਸਕਦਾ। ਪੰਜਾਬ ਸਰਕਾਰ 'ਚ ਕੁਝ ਕੈਬਨਿਟ ਮੰਤਰੀ ਨੇ, ਉਹ ਕਹਿੰਦੇ ਕਿ ਅੱਜ ਕੁੰਵਰ ਵਿਜੇ ਪ੍ਰਤਾਪ ਤੋਂ ਡਰ ਕਿਉਂ ਲੱਗਦਾ ਅਕਾਲੀ ਦਲ ਨੂੰ? ਸੁਖਜਿੰਦਰ ਰੰਧਾਵਾ ਕਹਿੰਦੇ ਨੇ, ਸਾਧੂ ਸਿੰਘ ਧਰਮਸੋਤ ਕਹਿੰਦੇ ਨੇ, ਸਿੱਧੇ ਸਿੱਧੇ ਗੱਲਾਂ ਇਹ ਤਾਂ ਬਹੁਤ ਕੁਝ ਕਹਿੰਦੇ ਜੀ, ਇਹਨਾਂ ਦਾ ਬਾਲਾ ਨਾ ਨੋਟਿਸ ਲਿਆ ਕਰੋ, ਇਹ ਤੁਸੀਂ ਇਹ ਦੱਸਣ ਕਿ ਜੋ ਇਹ ਕਹਿੰਦਾ ਕਿ ਇਹ ਇੰਟਰਨੈਸ਼ਨਲ ਲੈਵਲ ਦੀ ਹੈ, ਫਿਰ ਬਾਕੀ ਨਲਾਇਕ ਨੇ, ਉਹਨੇ ਤਾਂ ਇਹ ਵੀ ਕਿਹਾ ਕਿ ਰਣਜੀਤ ਸਿੰਘ ਦੀ ਰਿਪੋਰਟ ਲੀਕ ਹੋਈ ਸੀ, ਅਤੇ ਇਹ ਲੀਕ ਫਿਰ ਦੱਸੇ, ਫਿਰ ਇਹ ਗੱਲ ਸਹੀ ਹੈ ਜੋ ਕਹਿ ਰਿਹਾ? ਲੀਕ ਦਾ ਰਿਪੋਰਟ ਪੇਸ਼ ਕਿਹਨੂੰ ਹੋਈ? ਸਰਕਾਰ ਨੂੰ, ਅਤੇ ਫਿਰ ਉਹ ਕੀਤੇ ਇਲਜ਼ਾਮ ਲਾ ਰਿਹਾ, ਉਹਦਾ ਵੀ ਜਵਾਬ ਦੇਣ ਨਾ। ਇਸ ਤੋਂ ਹਟ ਕੇ ਇੱਕ ਸਵਾਲ ਹੈ, ਹਰਸਿਮਰਤ ਕੌਰ ਬਾਦਲ ਦੇ ਟਵੀਟ ਨੂੰ ਲੈ ਕੇ, ਤੁਹਾਡੇ ਆਪਣੇ ਕੱਲ੍ਹ ਤੱਕ ਜੀ ਮਨਜੀਤ ਸਿੰਘ ਜੀ ਕੇ, ਉਹ ਕਹਿੰਦੇ ਨੇ ਕਿ ਹਰਸਿਮਰਤ ਕੌਰ ਬਾਦਲ ਨੇ ਸਿੱਖਾਂ ਦਾ ਅਪਮਾਨ ਕੀਤਾ, ਅਕਾਲ ਤਖ਼ਤ ਕਾਰਵਾਈ ਕਿਉਂ ਨਹੀਂ ਕਰਦਾ? ਉਹ ਜੀ ਤੁਸੀਂ ਕੀ ਕਹਿੰਦੇ ਹੋ, ਕੌਣ ਕੀ ਕਹਿੰਦਾ, ਉਹਦੇ ਲਈ ਤਾਂ ਅਸੀਂ ਜਵਾਬਦੇ ਹੀ ਨਹੀਂ ਹਾਂ ਜੀ, ਅਸੀਂ ਤਾਂ ਆਪਦੀ ਗੱਲ ਦੇ ਜਵਾਬਦੇ ਹੀ ਹਾਂ। ਔਰ ਇਹ ਭੈਣ ਜੀ ਨੇ ਇਹ ਟਵੀਟ ਕੀਤਾ, ਅੱਜ ਦੀ ਟਵੀਟ ਤਾਂ ਹੈ ਨਹੀਂ, ਇਹ ਟਵੀਟ ਪਹਿਲਾਂ ਦੀ ਹੈ, ਮੈਂ ਪੜ੍ਹ ਕੇ ਤੁਹਾਨੂੰ ਸੁਣਾ ਦਿੰਦਾ ਕਲੈਰਿਟੀ ਵਾਸਤੇ ਕਿ ਭੈਣ ਜੀ ਨੇ ਟਵੀਟ ਕੀਤੀ ਸੀ, ਇਹ 5 ਤਰੀਕ ਨੂੰ ਸ਼ਾਮ ਨੂੰ ਜਾਂ 6 ਤਰੀਕ ਦੀ ਹੈ, ਇਹ ਸਿੱਖ ਕੌਮ ਦੇ ਸਰਵੋੱਚ ਅਗਵਾਈ ਅਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅਦਬ ਲਈ ਆਪਾ ਵਾਰਨ ਵਾਲੇ ਸਮੂਹ ਸਿੰਘ ਸਿੰਘਣੀਆਂ ਨੂੰ, ਭੁਚੰਗੀਆਂ ਨੂੰ ਸਨਿਮਰ ਪ੍ਰਣਾਮ। ਤੀਜੇ ਘੱਲੂਕਾਰੇ ਦੇ ਸਮੂਹ ਸਿੱਖਾਂ ਦੀਆਂ ਸ਼ਹੀਦਿਆਂ ਸਿੱਖ ਕੌਮ ਦੀਆਂ ਰਾਹਾਂ ਨੂੰ ਸਦਾ ਰਚਨਾਉਂਦੀਆਂ ਰਹਿਣਗੀਆਂ। ਇਹ ਭੈਣ ਜੀ ਨੇ ਲਿਖਿਆ ਔਰ ਇਹ ਭੈਣ ਜੀ ਨੇ ਟਵੀਟ ਕੀਤਾ। ਹੁਣ ਕੌਣ ਉਹਨਾਂ ਦੀ ਗੱਲ ਨੂੰ ਤੋੜ ਮਰੋੜ ਕੇ ਰਾਜਨੀਤੀ ਪੋਲੀਟਿਕਸ ਕਰਨਾ ਚਾਹੁੰਦਾ, ਉਹਦੀ ਗੱਲ ਦਾ ਜਵਾਬ ਉਹ ਦੇਣ। ਭੈਣ ਜੀ ਨੇ ਤਾਂ ਇੱਕ ਸਿੰਪਲ ਕਾਂਗਰਸ ਪਾਰਟੀ ਨੇ ਕਿਸ ਤਰੀਕੇ ਨਾਲ ਗੁਰੂ ਦੇ ਸਿੱਖਾਂ ਨੂੰ ਪੇਸ਼ ਕੀਤਾ ਔਰ ਕਿਉਂ ਗੁਰੂ ਦੇ ਸਿੱਖਾਂ ਨੂੰ ਇਸ ਨਜ਼ਰੀਏ ਨਾਲ ਪੇਸ਼ ਕਰਕੇ
ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੋਵੇ, ਜਿੱਥੇ ਦੁਨੀਆ ਦੇ ਕੋਨੇ ਕੋਨੇ 'ਚੋਂ ਲੋਕ ਆ ਕੇ ਝੋਲੀਆਂ ਭਰ ਕੇ ਜਾਂਦੇ ਹਨ, ਉਸ ਥਾਂ 'ਤੇ ਆਪਣੀ ਸਰਕਾਰ ਨੇ ਅਟੈਕ ਕਰਤਾ ਹੋਵੇ ਟੈਂਕਾਂ ਤੋਪਾਂ ਨਾਲ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਹੋਵੇ, ਸ਼ਹੀਦ ਕਰਤੇ ਕਈ ਸਿੰਘ ਸਿੰਘਣੀ ਉੱਥੇ, ਬੱਚੇ ਤੱਕ ਸ਼ਹੀਦ ਕਰਤੇ, ਕੀ ਜਿਹੇ ਜੀ ਲੋੜ ਪੈ ਗਈ ਸੀ? ਸਿਰਫ ਅਤੇ ਸਿਰਫ ਇੱਕ ਲੋਕ ਸਭਾ ਦੀ ਇਲੈਕਸ਼ਨ ਜਿੱਤਣ ਵਾਸਤੇ ਪੰਜਾਬੀਆਂ ਨੂੰ, ਸਿੱਖ ਕੌਮ ਨੂੰ ਵਰਤ ਕੇ ਸਾਨੂੰ ਬੈਡ ਲਾਈਟ 'ਚ ਵਿਖਾ ਕੇ ਜੋ ਰਾਜਨੀਤੀ ਕੀਤੀ ਗਈ ਸੀ, ਉਹਦੇ ਬਾਰੇ ਉਹਨਾਂ ਨੇ ਆਪਣੀ ਟਿੱਪਣੀ ਕੀਤੀ ਕਿ ਇੰਗਲੈਂਡ ਤੋਂ ਮਦਦ ਕਿਵੇਂ ਮੰਗੀ ਗਈ, ਉਹ ਵੀ ਫਾਈਲ ਜਨਤਕ ਕਰੋ। ਜੇ ਇਹ ਸਾਨੂੰ ਤੁਸੀਂ ਮਾੜੇ ਦੱਸਦੇ ਹੋ ਤਾਂ ਇਹ ਸਾਰੀ ਗੱਲ ਦੱਸੋ ਕਿ ਤੁਹਾਡੇ ਵਿਉਤਬੰਦੀ ਦੇ ਪਿੱਛੇ ਜਦ ਸਾਰਾ ਕੁਝ ਸਾਹਮਣੇ ਆਊਗਾ ਤਾਂ ਸਪੱਸ਼ਟ ਹੋ ਜਾਊਗਾ ਕਿ ਰਾਜਨੀਤੀ ਸੀ ਕਿ ਉਸ ਗੱਲ 'ਚ ਕੋਈ ਦਮ ਸੀ। ਜਿਸ ਕੌਮ ਨੇ ਦੇਸ਼ ਦੀ ਆਜ਼ਾਦੀ ਵਾਸਤੇ ਇਹ ਦੇਸ਼ ਦੇ ਅਨਾਜ ਦੇ ਭੰਡਾਰ 'ਚ ਸਭ ਤੋਂ ਵੱਡਾ ਯੋਗਦਾਨ ਪਾਇਆ ਹੋਵੇ, 90-90% ਕੁਰਬਾਨੀਆਂ, 50-50 ਤੋਂ 70-70% ਯੋਗਦਾਨ ਕਿਸੇ ਜ਼ਮਾਨੇ 'ਚ, ਉਹਨਾਂ ਨੂੰ ਤੁਸੀਂ ਬੇਈਮਾਨ ਦੱਸਣ ਲੱਗ ਪਓ ਅਤੇ ਹਰ ਪੰਜਾਬੀ ਨੂੰ, ਹਰ ਗੁਰੂ ਨਾਨਕ ਨਾਮ ਲੇਵਾ ਨੂੰ, ਹਰ ਸਿੱਖ ਨੂੰ ਉਸ ਗੱਲ ਦੀ ਪੀੜਾ ਹੋਊਗੀ। ਦੈਨਿਕ ਸਵੇਰ ਨਾਲ ਗੱਲਬਾਤ ਕਰਨ ਲਈ ਮਜੀਠੀਆ ਸਾਹਿਬ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਲਗਾਤਾਰ ਕੰਟਰੋਵਰਸੀਆਂ ਬਹੁਤ ਸਾਰੀਆਂ ਹੋ ਰਹੀਆਂ ਅਤੇ ਲਗਾਤਾਰ ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਰਾਜਨੀਤਿਕ ਵੈਂਡੇਟਾ ਹੋ ਰਿਹਾ ਉਸ 'ਤੇ ਵੀ ਲਗਾਤਾਰ ਟਿੱਪਣੀਆਂ ਆ ਰਹੀਆਂ, ਲੇਕਿਨ ਕੀ ਸੱਚਾਈ ਹੈ ਇਹ ਆਮ ਲੋਕ ਜਾਣਦੇ ਨੇ। ਕੈਮਰਾਮੈਨ ਦੀਪਕ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ।